مدثر اقبال بٹ دے نال اج دی گل۔ بسم اللہ الرحمن الرحیم۔ سجنوں تے مترو، اسی اس زمانے وچ زندہ ہاں جتھے کوئی بھی چیز آلودگی تو پاک نہیں۔ حالات ایڈے ماڑے نے کہ ہن سب تو خالص شے یعنی سوچ تے نظریہ بھی آلودہ ہوندا جا رہا ہے۔ نظریے دی گل اس واسطے کیتی کہ ساری صافت دی مڈلی ایٹی نظریہ ہوندا ہے۔ کئی وریاں پہلاں جدوں اخبار شروع ہوندا سی تے اودوں خاص طور تے واضح کیتا جاندا سی کہ اخبار دی پالیسی کیڑے نظریے دے تابع ہوئے گی۔ رائٹ لیفٹ دی سوچ نے بھی فکری بحثاں دے کئی نقطے متعارف کرائے۔ اے او دور سی جدوں ساڈے پڑیار فکری بروغت دیاں منزلاں طے کردے سن، جنہاں وچ ساڈے اخباراں دا کردار بڑا بنیادی ہوندا سی۔ پھر زمانہ تبدیل ہویا تے اخبار دا ایڈیٹوریل ہولی ہولی ਉਹ ਸੇਠ ਦੇ ਮਫਾਦਾਤ ਦੀ ਤਰਜਮਾਨੀ ਕਰਨ ਲੱਗ ਪਿਆ ਜਿਹਦਾ ਸ਼ਔਰ ਨਾਲ ਕੋਈ ਤਾਲਕ ਸੀ ਅਤੇ ਨਾ ਹੀ ਉਹਨੂੰ ਸਾਫਤ ਦੀ ਲੱਭੇ ਦਾ ਪਤਾ ਸੀ। ਸੇਠ ਚੂੰਕਿ ਆਪਣੇ ਦੋ ਨੰਬਰ ਧੱਦਿਆਂ ਦੇ ਦਿਫਾ ਲਈ ਅਖਬਾਰ ਕੱਢਦਾ ਸੀ, ਇਸ ਲਈ ਉਹਨੂੰ ਅਜਿਹੀ ਕਿਸੇ ਸ਼ੈਅ 'ਚ ਕੋਈ ਦਿਲਚਸਪੀ ਨਹੀਂ ਸੀ ਜਿਹਦੇ ਨਾਲ ਮੁਲਕ ਜਾਂ ਕੌਮ ਦਾ ਭਲਾ ਹੋਵੇ। ਵੇਲਾ ਲੰਘਦਾ ਗਿਆ ਅਤੇ ਇਹਨਾਂ ਸੇਠਾਂ ਦੀ ਤਾਦਾਦ ਵੀ ਵੱਧਦੀ ਗਈ। ਹੁਣ ਵੇਖੀਏ ਤਾਂ ਸਾਨੂੰ ਅਖਬਾਰ ਮਾਲਕਾਂ ਦੇ ਰੂਪ ਵਿੱਚ ਉਹ ਸੇਠ ਮਾਫੀਆ ਨਜ਼ਰ ਆਉਂਦਾ ਹੈ ਜਿਹਦਾ ਮਕਸਦ ਆਪਣੇ ਕਾਲੇ ਧੰਦੇ ਨੂੰ ਅਖਬਾਰਾਂ ਰਾਹੀਂ ਤਾਫਤ ਦੇਣਾ ਹੈ। ਜਦ ਦੋ ਨੰਬਰ ਸੇਠਾਂ ਪੈਸੇ ਦੇ ਜ਼ੋਰ ਉੱਤੇ ਸਾਫਤ ਨੂੰ ਜਰਗਮਾਲ ਬਣਾਇਆ ਤਾਂ ਫਿਰ ਮਦੀਰ ਦਾ ਮਨਸਬ ਵੀ ਗੈਰ ਫਾਲ ਅਤੇ ਬੇਮੈਨੀ ਹੋ ਕੇ ਰਹਿ ਗਿਆ। ਹੁਣ ਅਲਮੀਆਂ ਵੇਖੋ ਤਾਂ ਸ਼ੁਤਰ ਬੇਮੁਹਾਰ ਅਖਬਾਰਾਂ ਦੇ ਮਦੀਰ ਮਾਲਕਾਂ ਦੇ ਨਾਰਾਇਕ ਪੁੱਤਰ ਨੇ ਜਾਂ ਇਸ਼ਤਿਹਾਰ ਲਿਆਉਣ ਵਾਲੇ ਉਹ ਲੋਕ ਨੇ ਜਿਨ੍ਹਾਂ ਦਾ ਐਡੀਟੋਰੀਅਲ ਨਾਲ ਕੋਈ ਤਾਲਕ ਨਹੀਂ। ਪੈਸਾ ਚੂੰਕਿ ਹਰ ਸ਼ੋਬੇ ਦੀ ਕਮਜ਼ੋਰੀ ਹੈ, ਸੋ ਸਰਕਾਰੀ ਅਫਸਰਾਂ ਨੂੰ ਵੀ ਪੈਸੇ ਦੇ ਸਿਰ 'ਤੇ ਗੁਲਾਮ ਬਣਾ ਲਿਆ ਗਿਆ ਅਤੇ ਉਹਨਾਂ ਦੀ ਨਜ਼ਰ 'ਚ ਉਹ ਹੀ ਚੰਦ ਅਖਬਾਰ ਮਿਆਰੀ ਕਰਾਰ ਪਾਏ ਜਿਨ੍ਹਾਂ ਉਹਨਾਂ ਨੂੰ ਨਵਾਜ਼ਿਆ ਜਾਂ ਉਹਨਾਂ ਦੇ ਮਫਾਦਾਤ ਦਾ ਤਹਾਫਜ਼ ਕੀਤਾ। ਫਿਰ ਵੇਲਾ ਆਇਆ ਕਿ APNS ਜਿਹੀਆਂ ਤਨਜ਼ੀਮਾਂ ਸਾਹਮਣੇ ਆਈਆਂ ਜਿਨ੍ਹਾਂ ਕਬਜ਼ਾ ਮਾਫੀਆ ਦੀ ਸੂਰਤ ਇਖਤਿਆਰ ਕਰ ਲਈ ਅਤੇ ਸਰਕਾਰੀ ਵਿਸਾਲ ਉੱਤੇ ਕਬਜ਼ਾ ਕਰਨ ਦੇ ਨਾਲ ਨਾਲ ਛੋਟੇ ਅਖਬਾਰਾਂ ਦਾ ਲਹੂ ਪੀਣ ਲੱਗ ਪਿਆ। ਹੁਣ ਇਸ ਹਾਲਾਤ 'ਚ ਸੇਠ ਤਾਂ ਮਾਲਾਮਾਲ ਹੋ ਗਿਆ ਅਤੇ ਮਾਲ ਖਾ ਖਾ ਕੇ ਆਫਰ ਗਿਆ, ਪਰ ਉਹ ਮਾੜਾ ਸਾਫੀ ਜਿਹੜਾ ਆਪਣੀ ਕੁੱਲ ਜਾਇਦਾਦ ਵੇਚ ਕੇ ਸਿਰਫ ਨਜ਼ਰੀਆਤੀ ਬੁਨਿਆਦਾਂ 'ਤੇ ਅਖਬਾਰ ਕੱਢਣ ਦਾ ਸੋਚਦਾ ਸੀ, ਉਹਦਾ ਅਖਬਾਰ ਅਤੇ ਰਸਾਲਾ ਮੁਆਸ਼ੀ ਤੰਗਦਸਤੀ ਪਾਰੋਂ ਇਹਨਾਂ ਹਰਾਮਖੋਰਾਂ ਦੀ ਬਦਮਾਸ਼ੀ ਨਾਲ ਜਾਂ ਤਾਂ ਬੰਦ ਹੋ ਗਿਆ ਜਾਂ ਚੰਦ ਸੌ ਦੀ ਇਸ਼ਾਦ ਤੱਕ ਮਹਦੂਦ ਹੋ ਕੇ ਰਹਿ ਗਿਆ। ਬੇਸ਼ਰਮੀ ਅਤੇ ਬੇਹਜਾਈ ਦੀ ਇੰਤਹਾ ਤਾਂ ਇਹ ਵੇ ਕਿ ਸਰਕਾਰ ਵੱਲੋਂ ABC ਸਰਟੀਫਾਈਡ ਹੋਣ 'ਤੇ ਮੀਡੀਆ ਰਿਸ਼ਤੇ ਮੌਜੂਦ ਹੋਣ ਦੇ ਬਾਵਜੂਦ ਅਖਬਾਰਾਂ ਨੂੰ ਇਸ਼ਤਿਹਾਰਾਤ ਨਹੀਂ ਜਾਰੀ ਕੀਤੇ ਜਾਂਦੇ ਔਰ ਉਹਨਾਂ ਨੂੰ ਇਸ਼ਤਿਹਾਰ ਲੈਣ ਲਈ APNS ਜਾਂ ਦੂਜੀਆਂ ਤਨਜ਼ੀਮਾਂ ਦਾ ਪਾਬੰਦ ਕਰ ਦਿੱਤਾ ਗਿਆ। ਹੁਣ ਜਿਹੜੇ ਅਖਬਾਰ ਅਤੇ APNS ਦੇ ਚੰਦ ਗੁੰਡਿਆਂ ਦੇ ਬੂਟ ਪਾਲਿਸ਼ ਕਰਦੇ ਨੇ ਉਹਨਾਂ ਨੂੰ ਤਾਂ ਮਾੜਾ ਮੋਟਾ ਇਸ਼ਤਿਹਾਰ ਲੱਭ ਜਾਂਦਾ ਹੈ, ਜਿਨ੍ਹਾਂ ਖਾਲਸ ਨਜ਼ਰੀਏ ਦੀ ਗੱਲ ਕੀਤੀ ਉਹਨਾਂ ਨੂੰ ਖੁਲਾ ਦਿੱਤਾ ਗਿਆ। ਸਵਾਲ ਇਹ ਵੇ ਕਿ ਜੇ ਇਸ਼ਤਿਹਾਰ ਇਹਨਾਂ ਬਦਮਾਸ਼ਾਂ ਅਤੇ ਸੇਠਾਂ ਦੀ ਮਰਜ਼ੀ ਨਾਲ ਹੀ ਜਾਰੀ ਕੀਤੇ ਜਾਣੇ ਨੇ ਤਾਂ ਫਿਰ ABC ਅਤੇ ਮੀਡੀਆ ਲਿਸਟ ਦਾ ਟਕਾ ਹੌਸਲਾ ਖਤਮ ਕੀਤਾ ਜਾਏ। ਇਹ ਤਮਾਸ਼ਾ ਬਹੁਤ ਹੋ ਚੁੱਕਿਆ ਹੈ। ਹੁਣ ਇਸ ਬਦਮਾਸ਼ ਅਤੇ ਬੇਸ਼ਰਮ ਗਰੋਹ ਦੇ ਖਿਲਾਫ ਹਰ ਉਸ ਅਖਬਾਰ ਨੂੰ ਖਲੋਣਾ ਪਵੇਗਾ ਜਿਹਦਾ ਇਹ ਮੁਆਸ਼ੀ ਕਤਲ ਕਰ ਰਹੇ ਨੇ। ਇਹ ਬਦਬਖਤ ਇੱਕ ਅਰਸੇ ਤੋਂ ਸਾਡੇ ਵਸਾਇਲ 'ਤੇ ਕਾਬਜ਼ ਨੇ। NPA ਦਾ ਪਲੇਟਫਾਰਮ ਇਸੇ ਬਦਮਾਸ਼ ਮਾਫੀਆ ਅਤੇ ਕਰਪਟ ਬਿਊਰੋਕਰੇਸੀ ਨੂੰ ਦਰੁਸਤ ਕਰਨ ਲਈ ਬਣਾਇਆ ਗਿਆ ਹੈ, ਜਿਹੜੀ ਬੇਸ਼ਰਮਾ ਹਾਰ ਆਪਣੇ ਮੁਫਾਦਾਤ ਦੀ ਤਾਲ ਉੱਤੇ ਨੰਗਾ ਨਾਚ ਨੱਚ ਰਹੀ। ਹੁਣ ਇਹ ਬੇਸ਼ਰਮੀ ਮਜ਼ੀਦ ਨਹੀਂ ਚੱਲੇਗੀ। ਅਸੀਂ ਨਾ ਸਿਰਫ ਇਹਨਾਂ ਬਦਬਖਤਾਂ ਨੂੰ ਅਦਾਲਤ 'ਤੇ ਤੁਰਾਵਾਂਗੇ ਬਲਕਿ ਮੌਕਾ ਮਿਲਣ 'ਤੇ ਸੜਕਾਂ ਉੱਤੇ ਘਸੀਟਦੇ ਹਾਂ ਉਸ ਲੁੱਟਮਾਰ ਦਾ ਹਿਸਾਬ ਵੀ ਲਵਾਂਗੇ ਜਿਹੜੀ ਇਹ ਇੱਕ ਅਰਸੇ ਤੋਂ ਕਰ ਰਹੇ ਨੇ। ਅਤੇ ਸੱਜਣੋ ਇਹ ਸੀ ਅੱਜ ਦੀ ਗੱਲ। ਜਿਉਂਦੇ ਵਸਦੇ ਰਹੋ। ਅੱਲਾ ਬੇਲੀ। ਮੁਦੱਸਰ ਇਕਬਾਲ ਬੱਟ ਦੇ ਨਾਲ ਅੱਜ ਦੀ ਗੱਲ।